ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ ਗਾਰਡਨ ਚੈਟਿਸ ਦੇ ਵਿੱਚ। ਅੱਜ ਅਸੀਂ ਤੁਹਾਨੂੰ ਦੱਸਾਂਗੇ ਗਰਮੀਆਂ ਵਿੱਚ ਗੁਲਾਬ ਦੀ ਕੀ ਕੇਅਰ ਕਰਨੀ ਪੈਂਦੀ ਹੈ, ਜਿਸ ਨਾਲ ਤੁਸੀਂ ਇਸ 'ਤੇ ਕਾਫੀ ਸਾਰੇ ਫੁੱਲ ਪਾ ਸਕਦੇ ਹੋ। ਗੁਲਾਬ ਦੇ ਪੌਦੇ ਨੂੰ ਤੁਸੀਂ 5 ਤੋਂ 6 ਘੰਟੇ ਲਗਾਤਾਰ ਡਰੈਡ ਧੁੱਪ ਦੇ ਵਿੱਚ ਰੱਖਣਾ ਹੈ, ਜਿਸ ਨਾਲ ਇਸ ਦੀਆਂ ਨਿਊ ਬਰਾਜ਼ ਆਉਂਦੀਆਂ ਰਹਿੰਦੀਆਂ ਹਨ ਅਤੇ ਫੰਗੀ ਸਾਈਡ ਤੋਂ ਵੀ ਬਚਿਆ ਰਹਿੰਦਾ ਹੈ। ਗੁਲਾਬ ਦੇ ਉੱਪਰ ਥੋੜ੍ਹੀਆਂ ਛੋਟੀਆਂ ਕੀੜੀਆਂ ਆ ਜਾਂਦੀਆਂ ਹਨ ਜੋ ਕਿ ਜਾਲਾ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਗੁਲਾਬ ਮਰਨਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਸ਼ਾਵਰ ਦੇ ਵਿੱਚ ਪਾਣੀ ਪਾ ਕੇ ਉੱਪਰੋਂ ਦਿੰਦੇ ਰਹੋ ਤਾਂ ਜੋ ਕੀੜੀਆਂ ਅਤੇ ਜਾਲਾ ਸਾਫ਼ ਹੁੰਦਾ ਰਹੇ, ਜਾਂ ਕਿਸੇ ਵੀ ਫਰਟੀਲਾਈਜ਼ਰ ਦਾ ਵੀ ਯੂਜ਼ ਕਰ ਸਕਦੇ ਹੋ। ਬਹੁਤ ਹੀ ਜ਼ਿਆਦਾ ਫਰਟੀਲਾਈਜ਼ਰ ਦਾ ਯੂਜ਼ ਵੀ ਨਹੀਂ ਕਰਨਾ, ਇਸ ਨਾਲ ਵੀ ਜੋ ਤੁਹਾਡਾ ਗੁਲਾਬ ਦਾ ਪੌਦਾ ਹੈ ਉਹ ਮਰਨਾ ਸ਼ੁਰੂ ਹੋ ਜਾਂਦਾ ਹੈ। ਗੁਲਾਬ ਦੀ ਵਧੀਆ ਗਰੋਥ ਅਤੇ ਜ਼ਿਆਦਾ ਫਲਾਵਰਿੰਗ ਲਈ ਤੁਸੀਂ ਵਰਮਿੰਗ ਕੰਪੋਸਟ ਨੂੰ ਯੂਜ਼ ਕਰ ਸਕਦੇ ਹੋ। ਵਰਮਿੰਗ ਕੰਪੋਸਟ ਤੁਹਾਨੂੰ ਕਿਸੇ ਵੀ ਨਰਸਰੀ ਵਿੱਚੋਂ ਮਿਲ ਜਾਵੇਗੀ ਜਾਂ ਤੁਸੀਂ ਘਰ ਆਪ ਵੀ ਤਿਆਰ ਕਰ ਸਕਦੇ ਹੋ। ਵਰਮਿੰਗ ਕੰਪੋਸਟ ਨੂੰ 1 ਗਲਾਸ ਪਾਣੀ ਦੇ ਵਿੱਚ ਘੋਲ ਲਵੋ ਅਤੇ ਗਮਲੇ ਦੇ ਵਿੱਚ ਪਾ ਦਵੋ। ਇਸ ਨਾਲ ਤੁਹਾਡਾ ਪੌਦਾ 10 ਦਿਨਾਂ ਵਿੱਚ ਬਹੁਤ ਹੀ ਵਧੀਆ ਫਲਾਵਰਿੰਗ ਅਤੇ ਗਰੋਥ ਕਰਨੀ ਸ਼ੁਰੂ ਕਰ ਦੇਵੇਗਾ। ਇੱਕ ਗੱਲ ਤੁਸੀਂ ਧਿਆਨ ਰੱਖਣਾ ਹੈ, ਗੁਲਾਬ ਦੇ ਪੌਦੇ ਵਿੱਚ ਜ਼ਿਆਦਾ ਪਾਣੀ ਨਹੀਂ ਦੇਣਾ। ਜ਼ਿਆਦਾ ਪਾਣੀ ਦੇਣ ਨਾਲ ਜੋ ਇਸਦੀਆਂ ਰੂਟਸ ਨੇ ਉਹ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਫੰਗੀ ਸਾਈਡ ਦਾ ਵੀ ਖਤਰਾ ਰਹਿੰਦਾ ਹੈ। ਦਿਨ ਦੇ ਵਿੱਚ ਤੁਸੀਂ ਪਾਣੀ ਸਿਰਫ 1 ਵਾਰ ਹੀ ਦੇਣਾ ਹੈ। ਜੋ ਇੰਗਲਿਸ਼ ਰੋਜ਼ ਹੁੰਦਾ ਹੈ ਉਹ ਗ੍ਰਾਫਟਿੰਗ ਹੁੰਦਾ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੋਂ ਗ੍ਰਾਫਟਿੰਗ ਹੋਈ ਹੋਈ ਹੈ ਪੌਦੇ ਦੀ। ਇਸ ਤੋਂ ਨੀਚੋਂ ਕੋਈ ਵੀ ਬ੍ਰਾਂਚ ਨਿਕਲਦੀ ਹੈ ਉਸਦੀ ਤੁਸੀਂ ਕਟਿੰਗ ਕਰ ਦੇਣੀ ਹੈ, ਕਿਉਂਕਿ ਜੇ ਉਹ ਬ੍ਰਾਂਚ ਕਾਫੀ ਉੱਪਰ ਚਲੀ ਗਈ ਤਾਂ ਤੁਹਾਡਾ ਜੋ ਇੰਗਲਿਸ਼ ਰੋਜ਼ ਹੈ, ਹਾਈਬ੍ਰਿਡ ਪਲਾਂਟ ਬੋਲਦੇ ਹਾਂ ਜਿਨ੍ਹਾਂ ਨੂੰ ਆਪਾਂ, ਉਹ ਕਦੇ ਵੀ ਗਰੋ ਨਹੀਂ ਕਰੇਗਾ, ਉਹ ਥੋੜ੍ਹਾ ਰਹਿ ਜਾਵੇਗਾ ਅਤੇ ਜੰਗਲੀ ਪੌਦਾ ਕ੍ਰੀਏਟ ਹੋ ਜਾਵੇਗਾ। ਹਫ਼ਤੇ 'ਚ 1 ਵਾਰ ਗੁਲਾਬ ਦੇ ਪੌਦੇ ਦੀ ਗੁਡਾਈ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਸੋਇਲ ਜ਼ਿਆਦਾ ਹਾਰਡ ਨਾ ਹੋਵੇ ਅਤੇ ਪੌਦਾ ਗਰੋਥ ਵਧੀਆ ਤਰੀਕੇ ਦੇ ਨਾਲ ਕਰਦਾ ਰਹੇ। ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।